ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 15 ਜੂਨ ਹੈ ਦਿਨ ਸ਼ੁੱਕਰਵਾਰ ਹੈ ਪੰਜਾਬ ਭਾਰਤ ਤੇ ਦੁਨੀਆ ਪਰ ਦੇਸ਼ ਖਾਸ ਅਮਰਜੈਂਸੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 42 ਡਿਗਰੀ ਤੋਂ ਉੱਤੇ ਹੀ ਚੱਲ ਰਿਹਾ ਹੈ ਕਿਤੇ-ਕਿਤੇ ਤਾਂ ਇਹ 45 ਡਿਗਰੀ ਤੋਂ ਵੀ ਪਾਰ ਕਰ ਗਿਆ ਫਾਜ਼ਿਲਕਾ ਦੇ ਅਬੂਰ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ 23 ਜ਼ਿਲ੍ਹਿਆਂ ਦੇ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ 17 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਤੇ 6 ਦੇ ਵਿੱਚ yellow ਅਲਰਟ ਹੈ ਮੌਸਮ ਵਿਭਾਗ ਮੁਤਾਬਕ 17 ਜੂਨ ਤੱਕ ਲੋਕਾਂ ਨੂੰ ਲੂ ਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਹੀ ਬਣੇ ਹੋਏ ਨੇ ਦਿੱਲੀ ਦੇ ਵਿੱਚ ਵੀ ਪਾਰਾ 44-45 ਦੇ ਆਸ-ਪਾਸ ਹੀ ਚੱਲ ਰਿਹਾ ਹੈ ਮੀਂਹ ਪੈਣ ਦੀ 27 ਜੂਨ ਤੋਂ ਪਹਿਲਾਂ ਕੋਈ ਸੰਭਾਵਨਾ ਨਹੀਂ ਹੈ ਮੌਨਸੂਨ ਦੇ ਆਉਣ ਦੇ ਨਾਲ ਹੀ ਹੁਣ ਪੰਜਾਬ ਦੇ ਵਿੱਚ ਮੀਂਹ ਆਊਗਾ ਪਰਸੋਂ ਸੋਮਵਾਰ 17 ਜੂਨ ਨੂੰ Eid ul Zuha ਯਾਨੀ ਕਿ ਬਕਰੀਦ ਮੌਕੇ ਪੂਰੇ ਪੰਜਾਬ ਦੇ ਵਿੱਚ ਛੁੱਟੀ ਰਹੇਗੀ ਮਲੇਰਕੋਟਲਾ ਦੇ ਵਿੱਚ ਖਾਸ ਤੌਰ ਤੇ ਸਾਰੀਆਂ ਥਾਵਾਂ ਤੇ ਛੁੱਟੀ ਰਹੇਗੀ ਮਾਲਵੇ ਦੇ 6 ਜ਼ਿਲ੍ਹਿਆਂ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਗੁਰਦਾਸਪੁਰ ਮੋਗਾ ਸੰਗਰੂਰ ਬਰਨਾਲਾ ਮਲੇਰਕੋਟਲਾ ਪਟਿਆਲਾ ਫਤਿਗੜ ਸਾਹਿਬ ਮੁਹਾਲੀ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਾਰਨ ਅੰਮ੍ਰਿਤਸਰ ਅਤੇ ਪਠਾਨਕੋਟ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ ਜਦਕਿ ਬਾਾਕੀ 6 ਜ਼ਿਲ੍ਹਿਆਂ ਦੇ ਵਿੱਚ 11 ਜੂਨ ਨੂੰ ਲਵਾਈ ਸ਼ੁਰੂ ਹੋ ਗਈ ਸੀ ਪਾਵਰਕਾਮ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਨਿਰਵਿਘਨ ਤਿੰਨ ਫੇਜ਼ ਬਿਜਲੀ ਸਪਲਾਈ ਦੇਣ ਦੀ ਪੂਰੀ ਤਿਆਰੀ ਹੈ ਬਹੁਤ ਸਾਰੀਆਂ ਨਹਿਰਾਂ ਦੇ ਵਿੱਚ ਪਾਣੀ ਵੀ ਪਹੁੰਚ ਚੁੱਕਿਆ ਹੈ ਕਈ ਰਜਵਾਹਿਆਂ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ ਹਾਲਾਂਕਿ ਕੁਝ ਇੱਕ ਥਾਵਾਂ ਤੇ ਰਜਵਾ ਇਹ ਕਿਸਾਨ ਨਿਰਾਸ਼ ਹੋਏ ਹਨ ਸਭ ਤੋਂ ਮਹਿੰਗਾ ਲੱਡੋਵਾਲ ਟੋਲ ਪਲਾਜ਼ਾ ਕੱਲ ਤੋਂ ਮੁਫਤ ਹੋ ਸਕਦਾ ਹੈ ਕਿਸਾਨ ਕੱਲ ਨੂੰ ਇੱਥੇ ਧਰਨਾ ਦੇਣ ਪਹੁੰਚਣਗੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੂੰ ਚੇਤਾਵਨੀ ਦਿੱਤੇ ਕਿ ਹੈ ਕਿ ਜੇ ਸ਼ਨੀਚਰਵਾਰ ਤੱਕ ਲੱਡੋਵਾਲ ਟੋਲ ਪਲਾਜ਼ਾ ਦੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਟੋਲ ਪਲਾਜ਼ਾ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਊਗਾ ਖਬਰਾਂ ਪੜੇ ਜਾਣ ਤੱਕ ਐਨ ਐਚ ਆਈ ਦੇ ਵੱਲੋਂ ਕੋਈ ਅਜਿਹੀ ਖਬਰ ਸਾਹਮਣੇ ਨਹੀਂ ਆਈ ਸੀ ਕਿ ਪਹਿਲਾਂ ਵਾਲੇ ਭਾਅ ਹੀ ਲਾਗੂ ਕੀਤੇ ਗਏ ਨੇ ਕਿਸਾਨ ਲੀਡਰਾਂ ਨੇ ਸੋਸ਼ਲ ਮੀਡੀਆ ਤੇ ਅਲਟੀਮੇਟਮ ਜਾਰੀ ਕੀਤਾ ਕਿਉਂਕਿ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਤਾਜ਼ਾ ਵਾਧਾ ਹੁਣੇ ਲੋਕ ਸਭਾ ਚੋਣਾਂ ਤੋਂ ਮਹਿਜ਼ 2 ਦਿਨ ਬਾਅਦ ਪੂਰੇ ਭਾਰਤ ਦੇ ਵਿੱਚ ਟੋਲ ਪਲਾਜ਼ਿਆਂ ਦੇ ਵਿੱਚ 5% ਦਾ ਵਾਧਾ ਕੀਤਾ ਗਿਆ। ਮਹਿੰਗੇ ਟੋਲ ਨੂੰ ਲੈ ਕੇ ਲੋਕ ਨਾਰਾਜ਼ ਨੇ ਕਿਉਂਕਿ ਇੱਥੇ ਪੰਜਾਬ ਦਾ ਸਭ ਤੋਂ ਵੱਧ ਟੋਲ ਵਸੂਲਿਆ ਜਾਂਦਾ ਹੈ। ਲੋਕਾਂ ਦੇ ਵਿੱਚ ਭਾਰੀ ਰੋਸ ਹੈ ਇਸ ਦੇ ਬਾਵਜੂਦ ਵੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦਰਾਂ ਘਟਾਉਣ ਦੀ ਬਜਾਏ ਹਰ ਇੱਕ ਸਾਲ ਵਧਾ ਦਿੰਦੀ ਹੈ। ਹੁਣ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਐਤਵਾਰ ਨੂੰ ਮੁਕੰਮਲ ਧਰਨਾ ਦੇ ਕੇ ਲੋਕਾਂ ਦੇ ਵਾਹਨਾਂ ਨੂੰ ਮੁਫਤ ਲੰਘਾਇਆ ਜਾਊਗਾ ਨੀਟ ਯੂਜੀ 2024 ਦੀ ਪ੍ਰੀਖਿਆ ਵਿੱਚ ਹੋਈ ਕਥਿਤ ਧੰਦਲੀ ਦਾ ਮਾਮਲਾ ਹਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਪਟੀਸ਼ਨ ਪਹੁੰਚ ਗਈ ਹੈ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ 5 ਮਈ ਨੂੰ ਹੋਈ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਸੀਬੀਆਈ ਜਾਂ ਫਿਰ ਕਿਸੇ ਹੋਰ ਆਜ਼ਾਦ ਏਜੰਸੀ ਤੋਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ ਸ਼ਾਮਲ ਹੋਏ 20 ਵਿਦਿਆਰਥੀਆਂ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ nta ਯਾਨੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਤੇ ਹੋਰਨਾਂ ਨੂੰ ਦੁਬਾਰਾ ਪ੍ਰੀਖਿਆ ਕਰਵਾਉਣ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ ਨੀਟ ਪ੍ਰੀਖਿਆ ਦੇ ਮੁੱਦੇ ਤੇ ਕਰਨਾਟਕਾ ਦੇ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਦਾ ਵੀ ਬਿਆਨ ਆਇਆ ਹੈ ਕਿ ਬਦਕਿਸਮਤੀ ਦੇ ਨਾਲ ਇਸ ਮੁੱਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਵਿਹਾਰ ਤੋਂ ਵੀ ਖਬਰ ਆਈ ਹੈ ਜਿੱਥੇ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ 7 ਲੜਕੀਆਂ ਸਮੇਤ 11 ਸ਼ੱਕੀ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਇਹਨਾਂ ਦੇ ਨਾਮ ਤੇ ਰੋਲ ਨੰਬਰ ਪ੍ਰੀਖਿਆ mafia ਕੋਲੋਂ ਮਿਲਣ ਤੋਂ ਬਾਅਦ ਇਹਨਾਂ ਨੂੰ ਨੋਟਿਸ ਭੇਜੇ ਗਏ ਨੇ ਇਹਨਾਂ ਦੀ ਜਾਣਕਾਰੀ ਐਨਟੀਏ ਨੇ ਆਰਥਿਕ ਅਪਰਾਧ ਸ਼ਾਖਾ ਦੇ ਨਾਲ ਸਾਂਝੀ ਕੀਤੀ ਹੁਣ ਤੱਕ ਆਰਥਿਕ ਅਪਰਾਧ ਸ਼ਾਖਾ ਇਸ mafia ਦੇ ਨਾਲ ਜੁੜੇ 6 ਵਿਅਕਤੀਆਂ 4 ਪ੍ਰੀਖਿਆਰਥੀਆਂ ਤੇ 3 ਮਾਪਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ ਗ੍ਰਿਫਤਾਰ ਕੀਤੇ ਇੱਕ ਮੁਲਜ਼ਮ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਪਟਨਾ ਦੇ ਰਾਮਕ੍ਰਿਸ਼ਨਾ ਥਾਣੇ ਅਧੀਨ ਆਉਂਦੇ ਜੋ ਕਿਤਾਬਚਾ ਨੰਬਰ 613 6488 ਵਿੱਚੋਂ ਅਨਸ਼ਿਕ ਤੌਰ ਤੇ ਸੜੇ ਹੋਏ ਪੇਪਰ ਮਿਲੇ ਸਨ ਜੋ ਨੀਟ ਯੂਜੀ 2024 ਦੇ ਪੇਪਰ ਨਾਲ ਮਿਲਦੇ ਸਨ ਐਨਟੀਏ ਵੱਲੋਂ 5 ਮਈ ਨੂੰ 4750 ਕੇਂਦਰਾਂ ਦੇ ਵਿੱਚ ਲਈ ਪ੍ਰੀਖਿਆ 'ਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ ਪ੍ਰੀਖਿਆ ਦਾ ਨਤੀਜਾ ਪਹਿਲਾਂ 14 ਜੂਨ ਨੂੰ ਐਲਾਨਿਆ ਜਾਣਾ ਸੀ ਪਰ ਉੱਤਰ ਪੱਤਰੀਆਂ ਦੇ ਮੁਲਾਂਕਣ ਦਾ ਅਮਲ ਪਹਿਲਾਂ ਹੀ ਮੁਕੰਨ ਕਰਕੇ 4 ਜੂਨ ਨੂੰ ਹੀ ਨਤੀਜੇ ਐਲਾਨ ਦਿੱਤੇ ਗਏ ਇਨ੍ਹਾਂ ਨਤੀਜਿਆਂ ਦੇ ਵਿੱਚ 67 ਵਿਦਿਆਰਥੀਆਂ ਨੇ ਪਰਫੈਕਟ 720 ਦੇ ਸਕੋਰ ਨਾਲ ਟੌਪ ਰੈਂਕ ਹਾਸਲ ਕੀਤਾ ਸੀ ਤੇ ਸਿਖਰਲਾ ਰੈਂਕ ਹਾਸਲ ਕਰਨ ਵਾਲੇ ਦੀ ਸੂਚੀ ਵਿੱਚ ਇਕੱਠੇ 6 ਵਿਦਿਆਰਥੀ ਹਰਿਆਣਾ ਦੇ ਫਰੀਦাবাদ ਦੇ ਇੱਕੋ ਸੈਂਟਰ ਨਾਲ ਸਬੰਧਿਤ ਸਨ ਇਸ ਕਰਕੇ ਨਤੀਜਿਆਂ ਵਿੱਚ ਬੇਨਿਜਮੀਆਂ ਨੂੰ ਲੈ ਕੇ ਸ਼ੰਕ ਖੜੇ ਹੋਏ 1563 ਪ੍ਰੀਖਿਆਰਥੀਆਂ ਨੂੰ ਗ੍ਰੇਸ ਅੰਕ ਵੀ ਦਿੱਤੇ ਗਏ ਪਰ ਉਸ ਤੋਂ ਬਾਅਦ ਗ੍ਰੇਸ ਅੰਕ ਰੱਦ ਕਰਕੇ ਇਹਨਾਂ ਦੇ ਮੁੜ ਪੇਪਰ ਲੈਣ ਦਾ ਅਦਾਲਤ ਨੇ ਹੁਕਮ ਦਿੱਤਾ ਸਿੱਖਿਆ ਮੰਤਰੀ ਵੱਜੋਂ ਦੂਜੀ ਵਾਰੀ ਅਹੁਦਾ ਸਾਂਭਣ ਵਾਲੇ ਤਰਮਿੰਦਰ ਪ੍ਰਧਾਨ ਨੇ ਹਾਲਾਂਕਿ ਇਹ ਦਾਵਾ ਕੀਤਾ ਕਿ ਨੀਟ ਯੂਜੀ ਵਿੱਚ ਪੇਪਰ ਲੀਕ ਦਾ ਕੋਈ ਸਬੂਤ ਨਹੀਂ ਮਿਲਿਆ ਐਨਟੀਏ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਬੇਬੁਨਿਆਦ ਨੇ ਐਨਟੀਏ ਬਹੁਤ ਭਰੋਸੇਮ ਸੁਪਰੀਖਿਆਰਤੀਆਂ ਨੇ ਅਦਾਲਤ ਦਾ ਰੁਖ ਕੀਤਾ ਹੈ ਪ੍ਰੀਖਿਆ ਰੱਦ ਕਰਨ ਤੇ ਸੀਬੀਆਈ ਜਾਂਚ ਦੀ ਉਹ ਮੰਗ ਕਰ ਰਹੇ ਨੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਕੇਂਦਰ ਤੇ ਕੌਮੀ ਪ੍ਰੀਖਿਆ ਏਜੰਸੀ ਤੋਂ ਜਵਾਬ ਵੀ ਮੰਗਿਆ ਹੋਇਆ ਤੇ ਸੀਬੀਆਈ ਤੇ ਬਿਹਾਰ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਹੈ ਉਧਰ ਐਂਟੀਨ ਅਦਾਲਤ ਵਿੱਚ ਕਿਹਾ ਕਿ ਪ੍ਰੀਖਿਆਰਥੀਆਂ ਨੂੰ ਦਿੱਤੇ ਗ੍ਰੇਡ ਸੰਕ ਰੱਦ ਕਰ ਦਿੱਤੇ ਗਏ ਨੇ ਵਿਦਿਆਰਥੀ 23 ਜੂਨ ਨੂੰ ਮੁੜ ਪ੍ਰੀਖਿਆ ਦੇਣਗੇ ਜਿਸ ਦਾ ਨਤੀਜਾ 30 ਜੂਨ ਨੂੰ ਆਵੇਗਾ ਹਾਲਾਂਕਿ ਪਟੀਸ਼ਨਰ ਸਿਰਫ ਗ੍ਰੇਸ ਅੰਕ ਖਤਮ ਕੀਤੇ ਜਾਣ ਤੋਂ ਸੰਤੁਸ਼ਟ ਨਹੀਂ ਹਨ ਇਸ ਕਰਕੇ ਅਦਾਲਤ ਵਿੱਚ ਪਹੁੰਚ ਗਏ ਨੇ ਚੰਡੀਗੜ੍ਹ ਪੁਲਿਸ ਨੇ ਇੱਕੀ ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਨੇ ਇਹਨਾਂ ਵਿੱਚ ਚੰਡੀਗੜ੍ਹ ਦੇ ਕੁਝ ਥਾਣਿਆਂ ਨੂੰ ਛੱਡ ਕੇ ਬਾਕੀ ਸਾਰੇ ਥਾਣਾ ਇੰਚਾਰਜ ਬਦਲ ਦਿੱਤੇ ਗਏ ਨੇ ਇਹ ਹੁਕਮ ਚੰਡੀਗੜ੍ਹ ਦੇ ਐਸਪੀ ਹੈੱਡਕੁਆਰਟਰ ਕੇਤਨ ਬਾਂਸਲ ਦੇ ਵੱਲੋਂ ਜਾਰੀ ਕੀਤੇ ਗਏ ਨੇ ਜਲੰਧਰ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾ ਅੱਜ ਦੂਸਰਾ ਦਿਨ ਸੀ ਪਰ ਹਾਲੇ ਤੱਕ ਵੀ ਕਿਸੇ ਸਿਆਸੀ ਧਿਰ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਚਾਹੇ ਸਤਤਰਾਮ ਆਦਮੀ ਪਾਰਟੀ ਹੋਵੇ ਭੀਜਪੀ ਕਾਂਗਰਸ ਅਕਾਲੀ ਦਲ ਭੋਜਨ ਸਮਾਜ ਪਾਰਟੀ ਜਾਂ ਕੋਈ ਆਜ਼ਾਦ ਉਮੀਦਵਾਰ ਕਿਸੇ ਦੇ ਵੀ ਨਾਮ ਦਾ ਐਲਾਨ ਹਲੇ ਨਹੀਂ ਹੋਇਆ ਸਾਰੀਆਂ ਪਾਰਟੀਆਂ ਹਾਲੇ ਤਾਂ ਸਿਰਫ ਉਮੀਦਵਾਰ ਹੀ ਲੱਭ ਰਹੀਆਂ ਨੇ ਆਪੋ ਆਪਣੇ ਪਾਰਟੀ ਦੇ ਚਿਹਰਿਆਂ ਨੂੰ ਲੈ ਕੇ ਮੰਥਨ ਹੀ ਕਰ ਰਹੀਆਂ ਨੇ ਹੁਣ ਕੱਲ ਐਤਵਾਰ ਨੂੰ ਛੁੱਟੀ ਰਹੇਗੀ ਤੇ ਫਿਰ 17 ਤੋਂ ਲੈ ਕੇ 21 ਜੂਨ ਸਿਰਫ 5 ਦਿਨ ਰਹਿ ਜਾਣਗੇ ਨਾਮਜ਼ਦਗੀਆਂ ਦੇ ਕਿਉਂਕਿ 21 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਨੇ ਸਮਾ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦਾ ਹੈ ਪੜਤਾਲ 24 ਜੂਨ ਨੂੰ ਹੋਏਗੀ ਤੇ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਨੂੰ ਹੋਏਗੀ ਹੁਣ ਦੇਖਣਾ ਹੋਊਗਾ ਕਿ 5 ਦਿਨਾਂ ਦੇ ਵਿੱਚ ਵਿੱਚ ਕਿਹੜੀ ਪਾਰਟੀ ਪਹਿਲ ਦੇ ਆਧਾਰ ਤੇ ਫੈਸਲਾ ਲੈਂਦੀ ਹੈ ਇਸ ਜਿਮਨੀ ਚੋਣ ਦੇ ਲਈ ਵੋਟਾਂ 10 ਜੁਲਾਈ ਨੂੰ ਪੈਣਗੀਆਂ ਤੇ ਗਿਣਤੀ ਵੋਟਾਂ ਦੀ 13 ਜੁਲਾਈ ਨੂੰ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਛੇਤੀ ਹੀ ਜਲੰਧਰ ਜਾ ਕੇ ਡੇਰੇ ਲਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਸਭ ਤੋਂ ਵੱਡੀ ਸਿਰਦਰਦੀ ਹੈ ਬਹੁਤ ਹੀ ਘੱਟ ਵੋਟਾਂ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਉਧਰ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੰਕੇਤ ਦਿੱਤਾ ਕਿ ਬੀਜੇਪੀ ਪੱਛਮੀ ਸੀਟ ਤੋਂ ਸ਼ੀਤਲ ਲੰਗਰਾਲ ਨੂੰ ਹੀ ਉਮੀਦਵਾਰ ਬਣਾਏਗੀ ਇੱਕ ਵੀਡੀਓ ਜਾਰੀ ਕਰਕੇ ਰਿੰਕੂ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ ਸ਼ੀਤਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਸ ਨੂੰ ਕਿਸੇ ਵੀ ਹਾਲਤ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਰਿੰਕੂ ਨੇ ਕਿਹਾ ਕਿ ਮੇਰੇ ਸੂਤਰਾ ਨੇ ਦੱਸਿਆ ਕਿ ਜੇਕਰ ਸ਼ੀਤਲੰਗਰਾਲ ਭਾਜਪਾ ਦੇ ਉਮੀਦਵਾਰ ਬਣ ਜਾਂਦੇ ਨੇ ਤਾਂ ਉਸ ਖਿਲਾਫ ਮੁਕਦਮਾ ਦਰਜ ਹੋਵੇਗਾ ਹਾਲਾਂਕਿ ਇਹਦਾ ਦੂਸਰਾ ਪਹਿਲੂ ਵੀ ਦੇਖਿਆ ਜਾ ਸਕਦਾ ਹੈ ਕਿ ਅਜਿਹਾ ਕਹਿ ਕੇ ਸ਼ਾਇਦ ਸੁਸ਼ੀਲ ਕੁਮਾਰ ਰਿੰਕੂ ਆਪਣੀ ਪਾਰਟੀ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਸ਼ੀਤਲੰਗਰਾਲ ਨੂੰ ਮੁਸੀਬਤ ਖੜੀ ਹੋ ਸਕਦੀ ਹੈ ਇਸ ਕਰਕੇ ਸ਼ੀਤਲ ਦੀ ਥਾਂ ਤੇ ਉਹਨਾਂ ਨੂੰ ਯਾਨੀ ਕਿ ਰਿੰਕੂ ਨੂੰ ਮੈਦਾਨ ਵਿੱਚੋਂ ਉਤਾਰਿਆ ਜਾਵੇ ਸੋ ਦੋਵੇਂ ਪਹਿਲੂਆਂ ਤੋਂ ਦੇਖਿਆ ਜਾ ਸਕਦਾ ਹੈ ਰਿੰਕੂ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਵੀ ਇਲਜ਼ਾਮ ਲਾਇਆ ਕਾਂਗਰਸ ਵੀ ਇਸ ਪਾਰਟੀ ਤੇ ਖੜ ਕਰਨ ਦੇ ਲਈ ਉਮੀਦਵਾਰ ਬਾਰੇ ਸੋਚ ਵਿਚਾਰ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਾਲੇ ਕੋਈ ਸਰਗਰਮੀ ਦਿਖਾਈ ਨਹੀਂ ਦੇ ਰਹੀ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਤੋਂ ਹਾਰਨ ਵਾਲੇ ਆਪਣੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਨਾਲ ਬੈਠਕ ਕੀਤੀ ਚੰਡੀਗੜ੍ਹ ਹੈੱਡਕੁਆਰਟਰ ਦੇ ਵਿੱਚ ਹੋਈ ਬੈਠਕ ਦੇ ਵਿੱਚ ਹਰਨ ਦੇ ਬਾਵਜੂਦ ਵੀ ਕੈਬਨਿਟ ਰੈਂਕ ਹਾਸਲ ਕਰਨ ਵਾਲੇ ਰਵਨੀਤ ਸਿੰਘ ਬਿੱਟੂ ਦਾ ਸਵਾਗਤ ਕੀਤਾ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸਮੋਦਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਇਸ ਵਾਰੀ ਪੰਜਾਬ ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਹਾਲਾਂਕਿ ਬਿਹਤਰ ਪ੍ਰਦਰਸ਼ਨ ਕਰਨਾ ਹੀ ਕਾਫੀ ਨਹੀਂ ਹੈ ਵੋਟ ਸ਼ੇਅਰ ਵਧਣ ਤੇ ਕਹਿੰਦੇ ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਾਂ ਪਰ ਸਾਨੂੰ ਹੋਰ ਮਿਹਨਤ ਕਰਨੀ ਪਵੇਗੀ ਜਖਰ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਮੁਤਾਬਿਕ ਨਹੀਂ ਆਏ ਭਾਜਪਾ ਨੂੰ ਹੀ ਪੰਜਾਬ ਦੇ ਵਿੱਚ ਕਹਿੰਦੇ ਵਿਰੋਧੀ ਧਿਰ ਦੇ ਰੂਪ ਚ ਆਉਣਾ ਪਵੇਗਾ ਹੋਰ ਕੋਈ ਪਾਰਟੀ ਹੈ ਨਹੀਂ ਉਹਨਾਂ ਦਾਅਵਾ ਕੀਤਾ ਕਿ ਰਵਨੀਤ ਬਿੱਟੂ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸੰਸਦ ਵਿੱਚ ਚੁੱਕਣਗੇ ਤੇ ਹੱਲ ਵੀ ਕਰਵਾਉਣਗੇ ਜਖ ਨੇ ਜਲੰਧਰ ਉਪਚੋਣਾ ਦੇ ਵਿੱਚ ਬੀਜੇਪੀ ਦੀ ਜਿੱਤ ਦਾ ਦਾਵਾ ਕੀਤਾ ਅਤੇ ਪੰਜਾਬ ਦੇ ਵਿੱਚ ਖਰਾਬ ਹੋ ਰਹੇ ਚੌਲਾਂ ਦਾ ਮੁੱਦਾ ਚੁਕਦਿਆਂ ਕਿਹਾ ਕਿ ਪੰਜਾਬ 'ਚ 1000 ਸ਼ੈਲਰ ਕਿਸੇ ਵਕਤ ਵੀ ਬੰਦ ਹੋ ਸਕਦੇ ਨੇ। ਜਖ ਨੇ ਬੀਜੇਪੀ ਕਨੋਂ ਉਪਰ 라ਜਵਸ਼ੀ ਜੀ ਜਿਹੜੇ ਸਾਡੇ ਕੰਜ਼ਿਊਮਰ ਫੇਅਰ ਦੇ ਮੰਤਰੀ ਹੈ ਕਿਉਂਕਿ ਮਹਿਕਮਾ ਅੱਜਾ ਥੋੜਾ ਵੀ ਲੱਗਦਾ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਫੂਡ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਸ਼ੈਲਰ ਪੰਜਾਬ ਦੇ ਅੰਦਰ ਚ ਇਹ ਕੰਮ ਕਰ ਰਹੇ ਉਹਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਹਦੇ ਉੱਤੇ ਤੁਸੀਂ ਪਲੀਜ਼ ਪਰ ਰਾਜਦੋਸ਼ੀ ਜੀ ਨਾਲ ਟਾਈਮ ਵੀ ਲੈ ਕੇ ਤੇ ਸਾਰੇ ਡੈਲੀਗੇਸ਼ਨ ਲਾ ਕੇ ਮਿਲ ਕੇ ਇਸ ਮਸਲੇ ਦਾ ਜਿੰਨਾ ਚੇਤੇ ਜਲਦੀ ਹੱਲ ਕਰਾਇਆ ਜਾਵੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਚ ਇਹਦਾ ਬਹੁਤ ਵੱਡਾ ਯੋਗਦਾਨ ਹੋਊਗਾ ਧੰਨਵਾਦ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਲਈ ਵੋਟਰ ਸੂਚੀ ਦੀ ਤਿਆਰੀ ਦਾ ਸ케줄 ਜਾਰੀ ਕੀਤਾ ਗਿਆ ਸੀ ਤੇ ਹੁਣ ਕਮਿਸ਼ਨਰ ਨੇ ਗੁਰਦੁਆਰਾ ਚੋਣਾਂ ਵੱਲੋਂ ਪਹਿਲਾ ਜਾਰੀ ਕੀਤੇ ਸ਼ਡਿਊਲ ਦੇ ਵਿੱਚ ਸੋਧ ਕਰਦੇ ਹੋਏ ਰਿਵਾਈਜ਼ਡ ਸ케줄 ਜਾਰੀ ਕੀਤਾ ਹੈ ਇਸ ਦੀ ਜਾਣਕਾਰੀ ਡੀਸੀ ਮਾਨਸਾ ਪਰਮਵੀਰ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਪਹਿਲਾ ਜਾਰੀ ਸ਼ਡਿਊਲ ਮੁਤਾਬਕ ਵੋਟਰ ਸੂਚੀ ਵਿੱਚ ਰਜਿਸਟ੍ਰੇਸ਼ਨ ਲਈ ਫਾਰਮ 1 ਇੱਕ ਅਕਤੂਬਰ 2023 ਤੋਂ ਸ਼ੁਰੂ ਹੋ ਕੇ 30 ਅਪ੍ਰੈਲ 2024 ਤੱਕ ਪ੍ਰਾਪਤ ਕੀਤੇ ਜਾਣੇ ਸਨ ਪਰ ਹੁਣ ਆਖਰੀ ਮਿਤੀ ਵਧਾ ਕੇ 31 ਜਲਾਈ 2024 ਕਰ ਦਿੱਤੀ ਗਈ ਹੈ ਤੇ VOTER ਸੂਚੀ ਦੀ ਮੁੜਲੀ ਪ੍ਰਕਾਸ਼ਨਾ 1 اگست 2024 ਨੂੰ ਕੀਤੀ ਜਾਵੇਗੀ ਸੱਤਾ ਵਿਚੋਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੂਜੀ ਵਾਰੀ ਪੰਜਾਬ ਚ ਬਿਜਲੀ ਦਰਾਂ ਵਧਾਈਆਂ ਨੇ ਇਸ ਤੇ ਵਿਰੋਧੀ ਹੁਣ ਤੰਜ ਕੱਸ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਦੀ ਨਿਖੇਦੀ ਕੀਤੀ ਤੇ ਹੁਣ ਪੁਲਾਹਤ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਤਾਂ ਸਬਸਿਡੀ ਦੇ ਰਹੀ ਹੈ ਦੂਸਰੇ ਪਾਸੇ ਉਹਨਾਂ ਨੂੰ ਲੁੱਟ ਰਹੀ ਹੈ ਕਹਿੰਦੇ ਸਰਕਾਰ ਵੱਲੋਂ 10 ਤੋਂ 15 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕਰਕੇ ਸਾਰੇ ਪੰਜਾਬ ਨੂੰ 655 ਕਰੋੜ ਰੁਪਏ ਦਾ ਬੋਝ ਪਾ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਇੱਕ ਪਾਸੇ ਉਹਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਲੁੱਟ ਮਚਾਈ ਜਾ ਰਹੀ ਹੈ ਖੈਰਾਂ ਨੇ ਸਿੱਖਿਆ ਤੇ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਨੂੰ ਵੀ ਫੇਲ ਸਾਬਿਤ ਦੱਸਿਆ ਇਹਦਾ ਕੁੱਲ ਜਿਹੜਾ ਬੋਝ ਪਿਆ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਹੈ ਉਹ 655 ਕਰੋੜ ਹੈ ਲਗਭਗ 655 ਕਰੋੜ ਰੁਪਇਆ ਇੱਕ ਮਾਮੂਲੀ ਜਿਹਾ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਤਾਂ 655 ਕਰੋੜ ਰੁਪਇਆ ਸਰਕਾਰ ਨੂੰ ਪੇਟਾ ਹੋ ਜਾਣਾ ਮੰਨ ਲਿਆ ਕਿ ਇਹਦੇ ਚ ਬਹੁਤ ਸਾਰਾ ਹਿੱਸਾ ਉਹ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੀਐਸਪੀਸੀਐਲ ਨੂੰ ਦੁਬਾਰਾ ਸਬਸਿਡੀ ਦੇਵੇਗੀ ਤੇ ਲੋਕਾਂ ਤੇ ਸ਼ਾਇਦ ਐ ਲੱਗੇਗਾ ਕਿ ਅੱਜ ਤਾਂ ਕੋਈ ਬੋਝ ਪਿਆ ਹੀ ਨਹੀਂਗਾ ਪਰ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਤਾਂ ਵਾਪਸ ਲੈਣਾ ਨਾ ਪੈਸਾ ਭਗਵੰਤ ਮਾਨ ਨੇ ਜਾਂ ਕਿਸੇ ਆਮ ਆਦਮੀ ਪਾਰਟੀ ਦੇ ਮਨਿਸਟਰ ਨੇ ਆਪਣੀ ਜੇਬ ਤੋਂ ਤਾਂ 655 ਕਰੋੜ ਰੁਪਏ ਨੇ ਦੇਣਾ ਉਹ ਤੁਹਾਡੇ ਤੇ ਹੀ ਬੋਝ ਪੈਣਾ ਵਾ ਮਿਸਾਲ ਦੇ ਤੌਰ ਤੇ ਡੂਰਿੰਗ ਇਲੈਕਸ਼ਨ ਇਸ ਤੋਂ ਪਹਿਲਾਂ ਤਕਰੀਬਨ ਅਗਰ ਤੁਸੀਂ ਲੋਨ ਲੈਣਾ ਤੇ 0.25 ਪੈਸੇ ਉਹਦੇ ਤੇ ਟੈਕਸ ਲੱਗਦਾ ਅਫਕਸ ਕਿ ਉਹ ਤੁਸੀਂ ਜਿੰਨਾ ਵੀ ਲੋਨ ਲੈਣਾ ਲੱਖ ਰੁਪਿਆ ਲੈ 10 ਲੱਖ ਲੈਣਾ ਕਿਸੇ ਵੀ ਵਿਅਕਤੀ ਨੇ ਉਹਦੇ ਤੁਹਾਨੂੰ 0.25 ਪੈਸੇ ਇਹਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਉੱਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਜਾਂਦਾ ਇਦਾਂ ਦੇ ਹੋਰ ਬਹੁਤ ਸਾਰੇ ਟੈਕਸਸ ਕੇ ਰੀ ਬੈਟ ਵਧਾ ਦਿੰਦੇ ਨੇ ਪٹرول ਦੇ ਉੱਤੇ ਤੁਸੀਂ ਸਾਰੇ ਸਕੂਟਰ ਮੋਟਰਸਾਈਕਲ ਦਾ ਅੱਜਕੱਲ ਸਾਰੇ ਵਰਤਦੇ ਨੇ ਡੀਜ਼ਲ ਤੇ ਬੈਟ ਪਤਾਤੀ ਟਰੈਕਟਰ ਵਰਤਦੇ ਨੇ ਟਰੱਕ ਚੱਲਦੇ ਨੇ ਤਾਂ ਤੁਹਾਡੇ ਕੋਲੋਂ ਇਹਨਾਂ ਨੇ ਅਗਰਾ ਹੀ ਲੈਣੇ ਪੈਸੇ ਉਦਾਂ ਕੀ ਜਣਾ ਮੁਫਤ ਖੋਰੀ ਦੀ ਰਾਜਨੀਤੀ ਕਰਤੀ ਜੀ ਅਸੀਂ ਜ਼ੀਰੋ ਬਿੱਲ ਲੇਤਾ ਜੀ ਅਸੀਂ ਜੀ ਫਲਾਣਾ ਕਰ ਦਿੱਤਾ ਜੀ ਇਹ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਟਰ ਫੇਲੀਅਰ ਹੈ ਮਸ਼ਹੂਰ ਲੇਖਕਾ ਅਰੰਦਤੀ ਰਾਇ ਤੇ ਵੀ ਯੂਏਪੀਏ ਤਹਿਤ ਮੁਕੱਦਮਾ ਚੱਲੇਗਾ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੇ 2010 ਦੇ ਇੱਕ ਸਮਾਗਮ ਦੇ ਵਿੱਚ ਕਥਿਤ ਤੌਰ ਤੇ ਭੜਕਾਊ ਭਾਸ਼ਣ ਦੇਣ ਲਈ ਸਖਤ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ ਯੂਆਪਾ ਤਹਿਤ ਲੇਖਕਾ ਅਰੰਦਤੀ ਰਾਏ ਅਤੇ ਕਸ਼ਮੀਰ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਲੰਘੇ ਸਾਲ ਅਕਤੂਬਰ ਵਿੱਚ LG ਨੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਵਡਾਵਾ ਦੇਣ ਤੇ ਜਨਤਕ ਅਸ਼ਾਂਤੀ ਪੈਦਾ ਕਰਨ ਵਾਲੇ ਬਿਆਨ ਦੇਣ ਲਈ ਭਾਰਤੀ ਦੰਡਾਵਲੀ ਦੀ ਧਾਰਾ 196 ਤਹਿਤ ਮੁਲਜ਼ਮਾਂ ਵਿਰੁੱਧ ਮੁਕੱਦਮਾ ਚਲਾਉਂਦੀ ਮਨਜ਼ੂਰੀ ਦਿੱਤੀ ਸੀ यूपीएदी धारा 13 ਕਿਸੇ ਗੈਰ ਕਾਨੂੰਨੀ ਗਤੀਵਿਧੀ ਨੂੰ ਉਕਸਾਉਣ ਪ੍ਰੇਰਿਤ ਕਰਨ ਜਾਂ ਵਕਾਲਤ ਕਰਨ ਦੀ ਸਜ਼ਾ ਨਾਲ ਸੰਬੰਧਿਤ ਹੈ ਇਸ ਵਿੱਚ ਵੱਧ ਤੋਂ ਵੱਧ 7 ਸਾਲ ਦੀ ਕੈਦ ਹੋ ਸਕਦੀ ਹੈ ਪੂਰਾ ਮਾਮਲਾ ਇਹ ਹੈ ਕਿ ਅਰੰਦਤੀ ਰਾਇ ਸਮੇਤ ਸ਼ੇਖ ਸ਼ੌਕਤ ਹੁਸੈਨ ਵਿਰੁੱਧ ਮੈਟਰੋਪੋਲੀਟਨ ਮੈਜਿਸਟਰੇਟ ਨਵੀਂ ਦਿੱਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਮਾਮਲੇ ਵਿੱਚ ਕਸ਼ਮੀਰ ਦੇ ਇੱਕ ਸਮਾਜ ਸੇਵੀ ਸੁਸ਼ੀਲ ਪੰਡ ਦੇ ਸ਼ਿਕਾਇਤੇ 28 ਅਕਤੂਬਰ 2010 ਨੂੰ ਪਰਚਾ ਹੋਇਆ ਸੀ ਦਿੱਲੀ ਦੇ ਉਪਰਾਜਪਾਲ ਦੇ ਦਫ਼ਤਰ ਤੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਆਜ਼ਾਦੀ ਦਾ ਓਨਲੀ ਵੇ ਨਾਮ ਦੀ ਇੱਕ ਕਾਨਫਰੰਸ ਦੇ ਬੈਨਰ ਹੇਠ ਦਿੱ ਦੇ ਵਿੱਚ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦਾ ਪ੍ਰਚਾਰ ਕੀਤਾ ਗਿਆ ਸੀ ਕਾਨਫਰੰਸ ਦੇ ਵਿੱਚ ਬੋਲਣ ਵਾਲਿਆਂ ਵਿੱਚ ਸੈਇਦ ਅਲੀ ਸ਼ਾ ਗਲਾਨੀ ਐਸਆਰ ਗਲਾਨੀ ਅਰੰਦਤੀ ਰਾਇ ਡਾਕਟਰ ਸ਼ੇਖ ਸ਼ੌਕਤ ਹੁਸੈਨ ਤੇ ਮਾਓਵਾਦੀ ਸਮਰਥਕ ਵਰਵਰਾ ਰਾਓ ਸ਼ਾਮਲ ਸਨ ਇਲਜ਼ਾਮ ਲਾਇਆ ਗਿਆ ਕਿ ਗਲਾਨੀ ਤੇ ਅਰੰਦਤੀ ਨੇ ਜ਼ੋਰਦਾਰ ਪ੍ਰਚਾਰ ਕੀਤਾ ਕਿ ਕਸ਼ਮੀਰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸੀ ਤੇ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਉਸ ਤੇ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਸੀ ਸ਼ਿਕਾਇਤਕਰਤਾ ਨੇ ਕਾਨਫਰੰਸ ਦੀ ਰਿਕਾਰਡਿੰਗ ਮੁਹੱਈਆ ਕਰਵਾਈ ਸੀ ਤੇ ਸੀਆਰਪੀਸੀ ਦੀ ਧਾਰਾ 153 156 3 ਦੇ ਤਹਿਤ ਐਮਐਮ ਕੋਰਟ ਨਵੀਂ ਦਿੱਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਉਸ ਦੇ ਆਧਾਰ ਤੇ ਹੀ ਐਫ ਆਈ ਆਰ ਦਰਜ ਕਰਕੇ ਜਾਂਚ ਕੀਤੀ ਗਈ ਐਲਜੀ ਦੇ ਇਸ ਫੈਸਲੇ ਤੋਂ ਬਾਅਦ ਸ਼ਿਵ ਸੈਨਾ ਯੂਬੀਟੀ ਦੀ ਲੀਡਰ ਪ੍ਰਿਆੰਕਾ ਚੱਤਰਵੈਦੀ ਨੇ ਕਿਹਾ ਕਿ ਅਰੰਦਤੀ ਰੌਏ ਨੇ ਜੋ ਵੀ ਕਿਹਾ ਉਹ ਪੂਰੀ ਤਰ੍ਹਾਂ ਗਲਤ ਹੈ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਜੇ ਕੋਈ ਪਾੜਾ ਪੈਦਾ ਕਰਨਾ ਚਾਹੁੰਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਪਰ ਸਵਾਲ ਇਹ ਹੈ ਕਿ ਮਾਮਲਾ ਤਾਂ 2010 ਦਾ ਹੈ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਹੈ ਉਦੋਂ ਇਸ ਮਸਲੇ ਤੇ ਕਿਉਂ ਸ਼ਾਂਤ ਸਨ ਹੁਣ ਇਹ ਫੈਸਲਾ ਕਹਿੰਦੇ ਸਿਆਸੀ ਲੱਗ ਰਿਹਾ ਹੈ ਸਹੀ ਮਾਮਲਾ ਹੈ 10 ਸਾਲ ਤੋਂ ਸਿੰਧੀਨੀ ਸਰਕਾਰ ਮੋਦੀ बनी मोदी जी बनी जैसा प्रधानमंत्री को कहते हैं पाकिस्तान को सुपन दिखाएंगे लाल लाल वो आज तक इस मुद्दे से लेकर तो चुप क्यों थे दस साल के बाद जब दूसरी सरकार बनी है तब मेजोरिटी की सरकार बनी है वो इस पर कार्रवाई की बात करते हैं तो दिखाता है कि कहीं ना कहीं तो पोलिटिकल ये डिसीजन तो है ना कि एक सही डिसीजन जो तो देश को रुकते हैं पर जो भी मैं कहूँगी दोहराऊंगी कश्मीर को अलग हिस्सा बताना बताना बिल्कुल ही नंदनीय है मैं उसके बारे में प्रोटेस्ट मैं, मैं तो करती हूँ पर वो बात दो की चाहिए हुई है उसे फिर वापस मेन में लाना कहीं ना कहीं गलत होगा क्योंकि 370 धारा हट चुकी है जम्मू कश्मीर में बहुत सारे और बदलाव आए हैं बात है कि आतंकी हमलों में किसी तरीके से कमी नहीं आई है पर उम्मीद करती हूँ कि केंद्र सरकार उसका संज्ञान ले हिमाचल ਦੀ ਮੰਡੀ ਤੋਂ ਚੁਣੀ ਗਈ ਐਮਪੀ ਕੰਗਣਾ ਰਣੌਤ ਦਾ ਫਲਾਇਆ ਜ਼ਹਿਰ ਵੱਧ ਰਿਹਾ ਹੈ ਪਿਛਲੇ ਦਿਨੀ ਹਰਿਆਣਾ ਦੇ ਕੈਥਲ ਵਿੱਚ ਇੱਕ ਸਿੱਖ ਦੀ ਕੁੱਟਮਾਰ ਤੋਂ ਬਾਅਦ ਹੁਣ ਹਿਮਾਚਲ ਤੋਂ ਵੀ ਅਜਿਹੀ ਖਬਰ ਸਾਹਮਣੇ ਆਈ ਹੈ ਤੇ ਇਹ ਕਿ ਨਫ਼ਰਤ ਭਰੀ ਸੋਚ ਨੇ ਇਕੱਲੇ ਜਣੇ ਨੂੰ ਨਹੀਂ ਬਲਕਿ ਇੱਕ ਜੋੜੇ ਨੂੰ ਨਿਸ਼ਾਨਾ ਬਣਾਇਆ ਹੈ ਪਹਾੜਾਂ ਦੀ ਸੈਰ ਕਰਨ ਗਏ ਪੰਜਾਬੀ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਹੈ ਜਿਸ ਨਾਲ ਉਸ ਦੀ ਸਪੈਨਿਸ਼ ਪਤਨੀ ਵੀ ਮੌਜੂਦ ਸੀ ਪੀੜਤ ਪਰਿਵਾਰ ਮੁਤਾਬਿਕ ਕੰਗਣਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀਆਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਪੀੜਤ ਪੰਜਾਬੀ ਪਰਿਵਾਰ ਸਪੇਨ ਦੇ ਵਿੱਚ ਰਹਿੰਦਾ ਸੀ ਆਪਣਾ ਸਭ ਕੁਝ ਉੱਥੇ ਛੱਡ ਕੇ ਕਹਿੰਦੇ ਪੰਜਾਬ 'ਚ ਆਪਣਾ ਕੰਮ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਐਤਕੀ ਆਇਆ ਸੀ। ਇੱਕ ਨਿੱਜੀ ਟੀਵੀ ਚੈਨਲ ਤੇ ਇੰਟਰਵਿਊ ਦਿੰਦਿਆਂ ਹੋਇਆਂ ਇਸ ਪਰਿਵਾਰ ਦੇ ਨੌਜਵਾਨ ਜੋਬਨ ਵੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹਿਮਾਚਲ ਦੇ ਡਲਹੌਜ਼ੀ ਇਲਾਕੇ ਵਿੱਚ ਆਪਣੀ ਪਤਨੀ ਤੇ ਪਰਿਵਾਰ ਸਮੇਤ ਘੁੰਮਣ ਗਿਆ ਸੀ। ਨਾਲ ਯੂਨੀਵਰਸਿਟੀ ਦੇ ਕੁਝ ਦੋਸਤ ਵੀ ਮੌਜੂਦ ਸਨ ਜਦੋਂ ਖਜੂਰ ਇਲਾਕੇ ਦੇ ਵਿੱਚ ਮੌਜੂਦ ਸਨ ਤਾਂ ਉਥੇ ਟਾਬੇ ਤੇ ਚਾਹ ਪਾਣੀ ਪੀ ਰਹੇ ਸਨ ਅਚਾਨਕ ਇੱਕ ਦਰਮਿਆਨੇ ਕੱਦ ਦਾ ਵਿਅਕਤੀ ਆਇਆ ਤੇ ਆ ਕੇ ਬੁਰਾ ਭਲਾ ਬੋਲਣ ਲੱਗ ਪਿਆ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹ ਬਹਿਸ ਐਨੀ ਵੱਧ ਗਈ ਕਿ ਉਸਨੇ ਆਪਣੇ 100 ਤੋਂ ਵੱਧ ਬੰਦੇ ਇਕੱਠੇ ਕਰ ਲਏ ਤੇ ਇਸ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਐਨਆਰਆਈ ਪਰਿਵਾਰ ਦੇ ਮੁਖੀ ਖੁਦ ਤੇ ਉਸ ਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਤੇ 2 ਦਿਨ ਕਾਮਾ ਦੇ ਵਿੱਚ ਇੱਕ ਭਰਾ ਰਿਹਾ ਉਹਨਾਂ ਦੱਸਿਆ ਕਿ ਹਮਲਾ ਕਰਵਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਪਾਰਕਿੰਗ ਦਾ ਪ੍ਰਧਾਨ ਦੱਸਦਾ ਸੀ ਪੀੜਤ ਪਰਿਵਾਰ ਮੁਤਾਬਕ ਕੰਗਣਾ ਰਣੌਤ ਵਾਲੇ ਮਸਲੇ ਤੋਂ ਬਾਅਦ ਪੰਜਾਬੀਆਂ ਤੇ ਉਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਜੋਬਨ ਵੀਰ ਸਿੰਘ ਦੀ ਪਤਨੀ ਸਪੈਨਿਸ਼ ਐਨ ਆਰ ਆਈ ਮਹਿਲਾ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਤੇ ਉਸਦਾ ਦਿਓਰ ਹਿਮਾਚਲ ਘੁੰਮਣ ਗਏ ਸੀ ਉਥੇ ਪਾਰਕਿੰਗ ਜਾਂ ਹੋਰ ਕਿਸੇ ਮਸਲੇ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਤੇ ਉਸਨੇ ਉਹਨਾਂ ਤੇ ਹਮਲਾ ਕਰਵਾ ਦਿੱਤਾ ਪਤਨੀ ਨੇ ਦੱਸਿਆ ਕਿ ਠੇਕੇਦਾਰ ਨੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਉਹ ਗੰਭੀਰ ਜ਼ਖਮੀ ਕੀਤੇ ਗਏ ਨੇ ਆਰਥਵਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਏਗੀ ਪਰ ਹਿਮਾਚਲ ਪੁਲਿਸ ਨੇ ਉਹ ਵੀਡੀਓ ਡਿਲੀਟ ਕਰਵਾ ਦਿੱਤੀ ਪੁਲਿਸ ਦੇ ਦਖਲ ਤੋਂ ਬਾਅਦ ਕਹਿੰਦੇ ਉਹਨਾਂ ਦਾ ਬਚਾਅ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਪੁਲਿਸ ਨੇ ਖੁਦ ਉਹ ਵੀਡੀਓ ਡਿਲੀਟ ਕਰਵਾਈ ਇਸ ਵਕਤ ਦੋਵੇਂ ਪ੍ਰਾਹ ਹਸਪਤਾਲ ਦੇ ਵਿੱਚ ਹਨ ਐਨਆਰਆਈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਹਰਿਆਣਾ ਪੁਲਿਸ ਨੇ ਕੈਥਲ ਦੇ ਵਿੱਚ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਪੀੜਤ ਨੇ ਦਾਅਵਾ ਕੀਤਾ ਸੀ ਕਿ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਅਪਮਾਨਜਨਕ ਸ਼ਬਦ ਬੋਲੇ ਸਨ ਉਸ ਨੂੰ ਖਾਲਿਸਤ ਕਹਿ ਕੇ ਵੀ ਕੁੱਟਿਆ ਗਿਆ ਸੋਮਵਾਰ ਸ਼ਾਮ ਨੂੰ ਵਾਪਸ ਇਸ ਘਟਨਾ ਤੋਂ ਬਾਅਦ ਕੈਥਲ ਪੁਲਿਸ ਨੇ ਇਸ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਪੁਲਿਸ ਸੁਪਰਡੈਂਟ ਉਪਾਸਨਾ ਨੇ ਕੈਥਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੀਨਦੇ ਸਿੰਘਵਾਲ ਪਿੰਡ ਦੇ ਵਸਨੀਕ ਈਸ਼ੂ ਤੇ ਸ਼ੇਰਗੜ ਦੇ ਰਹਿਣ ਵਾਲੇ ਸੁਨੀਲ ਵਜੋਈ ਹੈ ਐਸਜੀਪੀਸੀ ਸਮੇਤ ਕਾਂਗਰਸ ਤੇ ਸ਼੍ਰੋਮਣੀ ਕਾਲੇ ਦਲ ਨੇ ਘਟਨਾ ਦੀ ਨਿੰਦਾ ਕਰਦੇ ਹਾਂ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ ਲੁਧਿਆਣਾ ਜ਼ਿਲ੍ਹੇ ਦੇ ਹਸਪਤਾਲਾਂ 'ਚ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਲੁਧਿਆਣਾ ਜ਼ਿਲ੍ਹੇ ਕਰਕੇ ਘਰ ਜਾਣ ਦੀ ਕਾਲੀ ਕਾਲੀ ਵਿੱਚ ਸੀ ਸੈਕਸ਼ਨ ਰਾਹੀਂ ਡਿਲੀਵਰੀ ਕਰਵਾ ਰਹੇ ਨੇ ਪੰਜਾਬੀ ਟਰਬਿਊਨ ਦੀ ਖਬਰ ਦੇ ਮੁਤਾਬਿਕ ਰਿਪੋਰਟ ਤੇ ਸਾਹਮਣੇ ਆਇਆ ਹੈ ਕਿ ਸਾਰੇ ਸੀ ਸੈਕਸ਼ਨ ਆਪਰੇਸ਼ਨ ਦੁਪਹਿਰ 3 ਵਜੇ ਤੋਂ ਪਹਿਲਾਂ ਕੀਤੇ ਜਾਂਦੇ ਨੇ ਤਾਂ ਜੋ ਬਾਅਦ ਵਿੱਚ ਕੋਈ ਆਪਰੇਸ਼ਨ ਨਾ ਕੀਤਾ ਜਾ ਸਕੇ ਹਾਲਾਂਕਿ ਡਾਕਟਰ ਦੁਪਹਿਰੇ 3 ਵਜੇ ਤੋਂ ਬਾਅਦ ਔਨ ਕਾਲ ਡਿਊਟੀ ਤੇ ਹੁੰਦੇ ਨੇ ਫਿਰ ਵੀ ਉਹ ਗਰਭਤੀ ਔਰਤਾਂ ਨੂੰ ਦੂਸਰੇ ਹਸਪਤਾਲਾਂ ਦੇ ਵਿੱਚ ਰੈਫਰ ਕਰਨ ਨੂੰ ਹੀ ਪਹਿਲ ਦਿੰਦੇ ਨੇ ਸਿਹਤ ਵਿਭਾਗ ਦੇ ਪ੍ਰੋਸੇਜ ਯੋਗ ਸੂਤਰਾ ਮੁਤਾਬਕ ਦਿਨ ਦੀ ਸ਼ਿਫਟ ਪੂਰੀ ਕਰਕੇ ਘਰ ਜਾਣ ਦੀ ਕਾਲੀ ਕਰਕੇ ਡਾਕਟਰਾਂ ਤੇ ਸਟਾਫ ਵੱਲੋਂ ਗਰਭਤੀ ਔਰਤਾਂ ਦੀ ਸਰਜਰੀ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜ ਕਿ ਉਹਨਾਂ ਵੱਲੋਂ ਕਰਵਾਈ ਗਈ ਸੀ ਸੈਕਸ਼ਨ ਆਪਰੇਸ਼ਨਾਂ ਦੀ ਜ਼ਿਆਦਾ ਗਿਣਤੀ ਲਈ ਸਪਸ਼ਟਿਕਰਨ ਮੰਗਿਆ ਗਿਆ ਹੈ ਅਮਰੀਕਾ ਦੇ ਨਿਊ ਜਰਸੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਇੱਕ ਨੌਜਵਾਨ ਨੇ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਸਖੀਆਂ ਭੈਣਾਂ ਤੇ ਗੋਲੀਆਂ ਚਲਾ ਦਿੱਤੀਆਂ ਇੱਕ ਭੈਣ ਦੀ ਜਾਨ ਚਲੀ ਗਈ ਦੂਸਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਜਲੰਧਰ ਦੇ ਨਕੋਦਰ ਦਾ ਰਹਿਣ ਵਾਲਾ ਹੈ ਤੇ ਉਮਰ ਮਹਿਜ਼ 19 ਸਾਲ ਹੈ ਦੋਵੇਂ ਆਪਸ ਵਿੱਚ ਚੇਹਰੀਆਂ ਭੈਣਾਂ ਸਨ ਮੁੱਲਦੰ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਹੁਸੈਨਪੁਰ ਵਜੋਂ ਹੋਈ ਹੈ ਗੋਲੀਬਾਰਿਚ ਜਾਣ ਗਵਾਉਣ ਵਾਲੀ ਲੜਕੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰ ਮਹਿਲ ਵਜੋਂ ਹੋਈ ਹੈ ਤੇ ਜਸਵੀਰ ਕੌਰ ਜਿਹੜੀ 20 ਸਾਲ ਦੀ ਸੀ ਭੈਣ ਉਹ ਜ਼ਖਮੀ ਹੋ ਗਈ ਹਾਲਤ ਨਾਜ਼ੁਕ ਹੈ ਅਮਰੀਕਾ ਦੇ ਵਿੱਚ ਹੀ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਮੋਲਸਮ ਨੂੰ ਗ੍ਰਿਫਤਾਰ ਕਰ ਲਿਆ ਗੌਰਵ ਗਿੱਲ ਨੂੰ ਪੋਦਵਾਰ ਸਵੇਰੇ ਲੜਕੀਆਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਸਵੀਰ ਕੌਰ ਸ਼ਾਦੀ ਸ਼ੁਦਾਸੀ ਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ ਘਟਨਾ ਵਕਤ ਉਹ ਟਰੱਕ ਲੈ ਕੇ ਬਾਹਰ ਡਿਊਟੀ ਤੇ ਗਿਆ ਹੋਇਆ ਸੀ ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ਵਿੱਚ ਇੱਕ ਵਪਾਰੀ ਤੋਂ 2 ਕਰੋੜ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਲਖਬੀਰ ਲੰਡਾ ਦੇ 6 ਰਿਸ਼ਤੇਦਾਰਾਂ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਲਖਬੀਰ ਸਿੰਘ ਦੀ ਮਾਤਾ ਪਰਮਿੰਦਰ ਕੌਰ ਭੈਣ ਜਸਵਾਲ ਕੌਰ ਕਾਂਸਟੇਬਲ ਜੀਜਾ ਰਣਜੋਤ ਸਿੰਘ ਉਸ ਦੇ ਸਾਥ ਗਿਆ ਹੈ ਪੁਲਿਸ ਨੇ ਸਾਰੇ ਮੌਲਵਸਮਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਤੇ ਲੈ ਲਿਆ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਵਿੱਚ ਚੱਲੇ ਜੀ7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਭਾਰਤ ਪਰਤੇ ਨੇ ਇੱਥੇ ਪ੍ਰਧਾਨ ਮੰਤਰੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸਨਕ, ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਅਤੇ ਪਾਪ ਫਰਾਂਸਿਸ ਸਮੇਤ ਕਈ ਵੱਡੇ ਲੀਡਰਾਂ ਦੇ ਨਾਲ ਦੁਵੱਲੀ ਬੈਠਕ ਵੀ ਕੀਤੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਦੀ ਤਸਵੀਰ ਖੁਦ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਹੈ ਹਾਲਾਂਕਿ ਦੋਵੇਂ ਲੀਡਰਾਂ ਵਿਚਾਲੇ ਦੁਵੱਲੀ ਗੱਲਬਾਤ ਦਾ ਪਤਾ ਨਹੀਂ ਲੱਗਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੇ ਸੱਦੇ ਤੇ ਨਰਿੰਦਰ ਮੋਦੀ G7 ਆਊਟਰੀਚ ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ 2 ਦਿਨ ਦੌਰੇ ਤੇ ਇਟਲੀ ਗਏ ਸਨ ਭਾਵੇਂ ਭਾਰਤ G7 ਦਾ ਹਿੱਸਾ ਨਹੀਂ ਹੈ ਪਰ ਮਹਿਮਾਨ ਵਜੋਂ ਭਾਰਤ ਨੂੰ ਸੱਦਿਆ ਗਿਆ ਸੀ ਕੌਮੀ ਰਾਜਸਥਾਨ ਵਿੱਚ ਪਾਣੀ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ ਕੈਬਨਿਟ ਮੰਤਰੀ ਆਚੀ ਦੇ ਮੁਤਾਬਿਕ ਦਿੱਲੀ ਵਿੱਚ ਪਾਣੀ ਲਗਾਤਾਰ ਘਟ ਰਿਹਾ ਹੈ ਪਾਣੀ ਦੇ ਸੰਕਟ ਦਰਮਿਆਨ ਕਾਂਗਰਸ ਦੀ ਦਿੱਲੀ ਕਾਈ ਨੇ ਵੱਖ-ਵੱਖ ਥਾਵਾਂ ਤੇ ਅੱਜ ਘੜਾਪਨ ਪ੍ਰਦਰਸ਼ਨ ਕੀਤਾ ਰਾਜਸਥਾਨੀ ਦੇ 280 ਬਲਾਕਾਂ ਦੇ ਵਿੱਚ ਸਵੇਰੇ 10 ਵਜੇ ਪ੍ਰਦਰਸ਼ਨ ਸ਼ੁਰੂ ਹੋਇਆ ਆਪਣੇ ਸਿਰਾਂ ਤੇ ਘੜੇ ਅਤੇ ਹੱਥਾਂ ਵਿੱਚ ਕਾਂਗਰਸ ਦੇ ਝੰਡੇ ਫੜ ਕੇ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਨਾਅਰੇਬਾਜ਼ੀ ਕੀਤੀ ਬਾਅਦ ਵਿੱਚ ਘੜੇ ਸੜਕਾਂ ਤੇ ਦਿੱਤੇ ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਦਿੱਲੀ ਕਾਈ ਦੇ ਪ੍ਰਧਾਨ ਦਵਿੰਦਰ ਯਾਦਵ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਰਾਜਸਥਾਨ ਵਿੱਚ ਡੂੰਘੇ ਹੋ ਰਹੇ ਪਾਣੀ ਦੇ ਸੰਕਟ ਦੇ ਮੁੱਦੇ ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਖਾਸ ਸੈਸ਼ਨ ਸਦਨ ਦੀ ਵੀ ਮੰਗ ਕੀਤੀ ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਆਪਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਅਦਾਲਤੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਨੇ ਵੀਡੀਓ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਹੇਠਲੀ ਅਦਾਲਤ ਵਿੱਚ ਆਪਣੀ ਗੱਲ ਰੱਖਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਨੂੰ ਸੁਨੀਤਾ ਕੇਜਰੀਵਾਲ ਨੇ ਜਨਤਕ ਕਰ ਦਿੱਤਾ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਤੇ ਜਸਟਿਸ ਸਮਿਤ ਸ਼ਰਮਾ ਦੇ ਬੈਂਚ ਨੇ ਦਿੱਲੀ ਹਾਈ ਕੋਰਟ ਦੀ ਵੀਡੀਓ ਕਾਨਫਰencing ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਤੇ ਸੁਨੀਤਾ ਕੇਜਰੀਵਾਲ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਮੀਟਾ ਤੇ YouTube ਨੂੰ ਵੀ ਨੋਟਿਸ ਭੇਜੇ ਹਨ ਉਧਰ ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਾਇਕੀ ਬਿਵਕ ਕੁਮਾਰ ਦੀ ਨਿਆਂਇਕ ਹਿਰਾਸਤ 22 ਜੂਨ ਤੱਕ ਵਧਾ ਦਿੱਤੀ ਹੈ ਉਸ ਤੇ 13 ਮਈ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹائش ਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੇ ਹਮਲਾ ਕਰਨ ਦਾ ਦੋਸ਼ ਹੈ ਬਿਵਕ ਕੁਮਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਡਿਊਟੀ মেট্রোপলিਟਨ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਉੱਗੇ ਖੇਡ ਪੱਤਰਕਾਰ ਹਰਪਾਲ ਸਿੰਘ 베ਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਉਮਰ 72 ਸਾਲਾਂ ਦੀ ਸੀ ਉਹਨਾਂ ਦੇ ਪਰਿਵਾਰ ਵਿੱਚ ਪਤਨੀ ਰੇਵਤੀ ਤੇ ਬੇਟੀ ਪਲਵੀ ਸਨ ਯੂਨਾਈਟਿਡ ਨਿਊਜ਼ ਆਫ ਇੰਡੀਆ ਦੇ ਸਾਬਕਾ ਖੇਡ ਸੰਪਾਦਕ ਭਾਰਤੀ ਖੇਡ ਪੱਤਰਕਾਰੀ ਵਿੱਚ ਸਭ ਤੋਂ ਵੱਡੀਆਂ ਹਸਤੀਆਂ ਦੇ ਵਿੱਚੋਂ ਇੱਕ ਸਨ ਪਿਛਲੇ ਕੁਝ ਸਾਲਾਂ ਤੋਂ ਸਟੇਟਸਮੈਨ ਅਖਬਾਰ ਦੇ ਸਲਾਹਕਾਰ ਸੰਪਾਦਕ ਵਜੋਂ ਕੰਮ ਕਰ ਰਹੇ ਸਨ ਉਹਨਾਂ ਨੇ 8 올림픽ਸ ਖੇਡਾਂ ਏਸ਼ੀਅਨ ਖੇਡਾਂ ਰਾਸ਼ਟਰੀ ਮਾਡਲ ਖੇਡਾਂ ਕ੍ਰਿਕਟ ਤੇ ਹਾਕੀ ਦੇ ਵਿਸ਼ਵ ਕੱਪਸਾਂ ਨੇ ਕਈ ਵੱਡੇ ਮੁਕਾਬਲਿਆਂ ਦੀ ਕਵਰੇਜ ਕੀਤੀ ਦੇਸ਼ ਦੇ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ ਲਾਗੂ ਕੀਤੇ ਜਾਣ ਵਾਲੇ ਕਾਨੂੰਨਾਂ ਦੇ ਵਿੱਚ ਭਾਰਤੀ ਨਿਆਂਇਕ ਸਾਹਿਤਾ 2023 ਭਾਰਤੀ ਸਿਵਲ ਰੱਖਿਆ ਕੋਡ 2023 ਤੇ ਭਾਰਤੀ ਸੁਰੱਖਿਆ ਐਕਟ 2023 ਸ਼ਾਮਲ ਨੇ ਸਾਰੇ ਤਿੰਨੇ ਨਵੇਂ ਕਾਨੂੰਨ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਉੱਤਰਾਖੰਡ ਦੇ ਰੁਦਰ ਪ੍ਰਯਾਗ ਨੇੜੇ ਰੈਨ ਤੋਲੀ ਦੇ ਵਿੱਚ ਬਦਰੀਨਾਥ ਹਾਈਵੇ ਤੇ 23 ਯਾਤਰੀਆਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਅਲਕਨੰਦਾ ਨਦੀ ਦੇ ਵਿੱਚ ਡਿੱਗਣ ਕਾਰਨ 8 ਜਣਾਂ ਦੀ ਜਾਨ ਚਲੇਗੀ ਹਾਲਾਂਕਿ ਗਿਣਤੀ 12 ਤੱਕ ਵੀ ਦੱਸੀ ਜਾ ਰਹੀ ਹੈ ਟੈਂਪੂ ਟਰੈਵਲਰ ਦੇ ਵਿੱਚ ਦਿੱਲੀ ਦੇ ਯਾਤਰੀ ਸਨ ਤੇ ਚੋਪਤਾ ਤੁੰਗਨਾਥ ਨੂੰ ਜਾ ਰਹੇ ਸਨ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਚੀਨ ਦੇ ਪ੍ਰਧਾਨ ਮੰਤਰੀ ਲੀ ਚਾਂਗ ਸ਼ਨੀਚਾਰ ਨੂੰ 4 ਦਿਨਾਂ ਦੌਰੇ ਤੇ ਆਸਟ੍ਰੇਲੀਆ ਪਹੁੰਚ ਗਏ ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸੀ મતਭੇਦ ਭੁਲਾਉਣੇ ਚਾਹੀਦੇ ਨੇ ਤੇ ਅੱਗੇ ਵਧਣਾ ਚਾਹੀਦਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਕਿਸੇ ਵੀ ਚੀਨੀ ਰਾਜ ਦੇ ਮੁਖੀ ਦੀ ਪਹਿਲੀ ਆਸਟ੍ਰੇਲੀਆ ਯਾਤਰਾ ਹੈ 2020 ਦੇ ਵਿੱਚ ਚੀਨ ਦੇ ਕਈ ਆਸਟ੍ਰੇਲੀਅਨ ਉਤਪਾਦਾਂ ਤੇ ਵਪਾਰਕ ਟੈਕਸ ਲਾਇਆ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਤਣਾਪੂਰਨ ਬਣੇ ਹੋਏ ਹਨ ਦੱਖਣੀ ਅਫਰੀਕਾ ਵਿੱਚ 2 ਹਫ਼ਤੇ ਪਹਿਲਾਂ ਹੋਈਆਂ ਆਮ ਚੋਣਾਂ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਨੂੰ 40% ਦੀ ਵੋਟਾਂ ਮਿਲਣ ਦੇ ਬਾਵਜੂਦ ਦੇਸ਼ ਦੀ ਸੰਸਦ ਨੇ ਸਿਰਲ ਰਾਮ ਫੋਸਾ ਨੂੰ 5 ਸਾਲ ਦੇ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਚੁਣ ਲਿਆ ਹੈ ਮੰਨਿਆ ਜਾ ਰਿਹਾ ਹੈ ਕਿ ਰਾਮ ਫੋਸਾ ਬੋਧਵਾਰ ਨੂੰ ਸੌਂ ਚੁੱਕਣ ਤੋਂ ਬਾਅਦ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕਰਨਗੇ ਅਮਰੀਕਾ ਦੇ ਓਰੇਗਨ ਸੂਬੇ ਵਿੱਚ ਐਮਰਜੈਂਸੀ ਸੇਵਾ ਦੇ ਕਰਮੀਆਂ ਨੇ ਵੱਡੇ ਝੂਲੇ ਵਿੱਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ 'ਚ ਲਟਕ ਰਹੇ 30 ਜਣਿਆਂ ਨੂੰ ਸੁਰੱਖਿਅਤ ਬਚਾ ਲਿਆ। ਇਹ ਝੂਲਾ ਦਹਾਕਿਆਂ ਪੁਰਾਣੇ ਇੱਕ ਮਨੋਰੰਜਨ ਪਾਰਕ ਦੇ ਵਿੱਚ ਲਾਇਆ ਗਿਆ ਸੀ। ਨੇੜੇ ਇੱਕ ਹੋਰ ਝੂਲੇ ਤੇ ਸਵਾਰ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ ਜਿਸ ਵਿੱਚ ਐਟਮੋਸਫੀਅਰ ਨਾਂ ਦਾ ਝੂਲਾ ਹਵਾ ਦੇ ਵਿੱਚ ਰੁਕਿਆ ਨਜ਼ਰ ਆਉਂਦਾ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।